ਨਮਸਕਾਰ ਖਬਰਾਂ ਦਾ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਿੰਦਰ ਸਿੰਘ ਪੇਸ਼ ਨਹੀਂ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਘਵਾਦ ਨੂੰ ਵਧੇਰੇ ਸਾਰਥਕ ਬਣਾਉਣ ਲਈ ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਵੀਡੀਓ ਕਾਨਫਰੰਸ ਰਾਹੀਂ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 6ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਨਾ ਕੇਵਲ ਸੂਬਿਆਂ ਬਲਕਿ ਜ਼ਿਲ੍ਹਿਆਂ ਵਿੱਚ ਵੀ ਕਾਇਮ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਪ੍ਰਗਤੀ ਦਾ ਸੰਕਲਪ ਲੈ ਚੁੱਕਿਆ ਹੈ ਤੇ ਕੋਈ ਸਮਾਂ ਗਵਾਉਣਾ ਨਹੀਂ ਚਾਹੀਦਾ ਉਨ੍ਹਾਂ ਕਿਹਾ ਕਿ ਇਸ ਬਾਰੇ ਦੇ ਬਜਟ ਵਿੱਚ ਚੁੱਕੇ ਕਦਮਾਂ ਦਾ ਸਵਾਗਤ ਹੋਇਆ ਹੈ ਜਿਸ ਤੋਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਹੈ ਪ੍ਰਧਾਨ ਮੰਤ ਰਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਸਾਧਨ ਹੈ ਜਿਸ ਦਾ ਉਦੇਸ਼ ਨਾ ਕੇਵਲ ਆਪਣੀਆਂ ਬਲਕਿ ਦੁਨੀਆ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਪਿੰਡੂ ਅਤੇ ਸ਼ਹਿਰੀ ਭਾਰਤ ਵਿੱਚ 2 ਕਰੋੜ 40 ਲੱਖ ਤੋਂ ਵੱਧ ਮਕਾਨਾਂ ਦੀ ਉਸਾਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇੱਕ ਨਵੀਂ ਪਹਿਲ ਦੇ ਤਹਿਤ 6 ਸੂਬਿਆਂ ਵਿੱਚ ਆਧੁਨਿਕ ਤਕਨੀਕ ਰਾਹੀਂ ਮਕਾਨ ਉਸਾਰੇ ਗਏ ਨੇ ਜਲ ਜੀਵਨ ਮਿਸ਼ਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਤਹਿਤ 3.5 ਕਰੋੜ ਤੋਂ ਵੱਧ ਪਿੰਡੂ ਪਰਿਵਾਰਾਂ ਨੂੰ ਪਾਇਪ ਰਾਹੀਂ ਪਾਣੀ ਦੀ ਸਪਲਾਈ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੈੱਟ ਪ੍ਰੋਗਰਾਮ ਰਾਹੀਂ ਪਿੰਡਾਂ ਨੂੰ ਇੰਟਰਨੈਟ ਨਾਲ ਜੋੜਨ ਵਿੱਚ ਤਬਦੀਲੀ ਵਾਲੀ ਭੂਮਿਕਾ ਨਿਭਾਈਏ ਉਹਨਾਂ ਨੂੰ ਨਵੀਨਤਾ ਤੇ ਟੈਕਨੋਲੋਜੀ ਨੂੰ ਅੱਗੇ ਵਧਾਉਣ ਲਈ ਆਪਸੀ ਸਹਿਯੋਗ ਬੜੇ ਰੱਖਣ ਦਾ ਵੀ ਸੱਦਾ ਦਿੱਤਾ ਖੇਤੀਬਾੜੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਖੇਤੀ ਅਤੇ ਪਸ਼ੂ ਪਾਲਣ ਤੋਂ ਲੈ ਕੇ ਮੱਛੀ ਪਾਲਣ ਤੱਕ ਸਾਰੇ ਖੇਤਰਾਂ ਵਿੱਚ ਵਿਆਪਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਕੋਰੋਨਾ ਕਾਲ ਵਿੱਚ ਵੀ ਦੇਖਦੇ ਖੇਤੀ ਸੈਕਟਰ ਨੇ ਬਰਾਮਦ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ ਪਾਰਟੇ ਤੇ ਚੀਨ ਵਾਲੇ ਪੂਰਬੀ ਲਦਾਖ ਵਿੱਚ ਸਰਦੀ ਤਣਾ ਵਾਲੇ ਬਿੰਦੂਆਂ ਤੋਂ ਫੌਜਾਂ ਦੀ ਵਾਪਸੀ ਅਤੇ ਤਣਾ ਨੂੰ ਕੱਟ ਕਰਨ ਲਈ ਦੋਹਾਂ ਦੇਸ਼ਾਂ ਦੇ ਕੋਰ ਕਮਾਂਡਰ ਪੱਧਰ ਦੀ ਅਧਿਕਾਰੀਆਂ ਦੀ ਗੱਲਬਾਤ ਮੂਲ ਦੇ ਵਿੱਚ ਚੱਲ ਰਹੀ ਹੈ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਮੂਲ ਦੇ ਵਿੱਚ ਚੱਲ ਰਹੀ ਇਸ ਗੱਲਬਾਤ ਵਿੱਚ ਭਾਰਤੀ ਵਫਦ ਦੀ ਅਗਵਾਈ ਲੈਫਟਨੈਂਟ ਜਨਰਲ ਪੀ ਜੇ ਕੇ ਮੈਨਨ ਕਰ ਰਹੇ ਨੇ ਇਸ ਤੋਂ ਇਲਾਵਾ ਵਫਦ ਵਿੱਚ ਫੌਜ ਅਤੇ ਇੰਡੋ-ਤੀਬਤ ਬਾਰਡਰ ਪੁਲਿਸ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਨੇ ਪੂਰਬੀ ਲਦਾਖ ਸੈਕਟਰ ਦੇ ਪੈਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫੌਜਾਂ ਹਟਾਈ ਜਾਣ ਤੋਂ ਬਾਅਦ ਇਸ ਮੀਟਿੰਗ ਵਿੱਚ ਹੋਰਨਾਂ ਵਿਵਾਦ ਵਾਲੇ ਸਰਹੱਦੀ ਬਿੰਦੂਆਂ ਤੋਂ ਫੌਜੀਆਂ ਨੂੰ ਪਿੱਛੇ ਹਟਾਉਣ ਦੇ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਕੀਤੀ ਜਾ ਰਹੀ ਹੈ। ਦੋਹਾਂ ਮੁਲਕਾਂ ਵਿਚਾਲੇ 9 ਘੰਟਿਆਂ ਦੀਆਂ ਮੀਟਿੰਗਾਂ ਦੌਰਾਨ ਹੋਏ ਸਮਝੌਤੇ ਮੁਤਾਬਕ ਪੈਗੋਂਗ ਝੀਲ ਤੋਂ ਫੌਜਾਂ ਦੀ ਵਾਪਸੀ ਦੇ 48 ਘੰਟਿਆਂ ਬਾਅਦ ਕੋਰ ਕਮਾਂਡਰ ਪੱਧਰ ਦੀ ਗੱਲਬਾਤਿਆ ਕੀਤੀ ਗਈ। ਭਾਰਤ ਵੱਲੋਂ ਆਪਣੀ ਗੱਲਬਾਤ ਦੇ ਪ੍ਰਸਤਾਵ ਵਿੱਚ ਦੀਪਸਾੰਗ ਦੇ ਇਲਾਕੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਮੌਜੂਦਾ ਸਮੇਂ ਦੀਪਸਾੰਗ ਤੇ ਸਰਦੀ ਇਲਾਕੇ ਨੂੰ ਲੈ ਕੇ ਭਾਵੇਂ ਕੋਈ ਤਣਾਅ ਨਹੀਂ ਹੈ ਪਰ ਭਾਰਤ ਵੱਲੋਂ ਇਸ ਨੂੰ ਗੱਲਬਾਤ ਦਾ ਹਿੱਸਾ ਬਣਾਏ ਜਾਣ ਦੀ ਗੱਲ ਆਖੀ ਗਈ ਹੈ ਹੁਣ ਤੱਕ ਪੈਂਗੋਂਗ ਸੋ ਵਿੱਚੋਂ ਦੋਹਾਂ ਮੁਲਕਾਂ ਨੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਲਿਆ ਹੈ ਪੈਂਗੋਂਗ ਸੋ ਵਿੱਚੋਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਅਮਲ 11 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਿੱਥੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਆਹਮਣੋ ਸਾਹਮਣੇ ਸਨ ਉਪਰਾਸ਼ਟਪਤੀ ਐਮੰਕਈਆ ਨੋਡ ਨੇ ਕਿਹਾ ਕਿ ਪ੍ਰਸ਼ਾਸਨ ਵਿੱਚ ਮਾਤ ਪਾਤਸ਼ਾ ਦੀ ਵਰਤੋਂ ਲੋਕਾਂ ਨਾਲ ਜੋੜਨ ਵਿੱਚ ਮਦਦ ਮਿਲਦੀ ਹੈ। ਉਪਰਾਸ਼ਟਪਤੀ ਨੇ ਲਿਖੇ ਗਏ ਲੇਖ ਵਿੱਚ ਉਹਨਾਂ ਜੀਵਨ ਵਿੱਚ ਮਾਤ ਪਾਤਸ਼ਾ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇੱਕ ਜੁੜਤਾ, ਮਾਨਸਿਕ ਤੇ ਚਰਿੱਤਰ ਵਿਕਾਸ, ਸਿੱਖਿਆ ਅਤੇ ਗਿਆਨ ਦੀ ਪ੍ਰਾਪਤੀ ਵਿੱਚ ਮਾਤ ਪਾਤਸ਼ਾ ਦਾ ਬਹੁਤ ਮਹੱਤਵ ਹੈ। ਉਪਰਾਸ਼ਟਪਤੀ ਨੇ ਕਿਹਾ ਕਿ ਸਹੀ ਸਮੇਂ ਤੇ ਦੂਜੀ ਭਾਸ਼ਾ ਨੂੰ ਸਿੱਖਣ ਨਾਲ ਆਲੇ-ਦੁਆਲੇ ਦੀ ਦੁਨੀਆ ਦੀ ਜਾਣਕਾਰੀ ਮਿਲਦੀ ਹੈ ਤੇ ਨਾਲ ਹੀ ਮਾਨਸਿਕਤਾ ਦਾ ਦਾ ਰਵਾਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਸ਼ਾਂਤੀ ਅਤੇ ਸਵੈਰਦਤਾ ਦਾ ਮਾਹੌਲ ਵੀ ਪਰਫੁੱਲਤ ਹ ਉਪਰਾਸ਼ਟ ਨੇ ਕਿਹਾ ਕਿ ਅਨੇਕਤਾ ਸੱਭਿਆਚਾਰਾਂ ਦੀ ਬਹੁਲਤਾ ਅਤੇ ਪ੍ਰਤੀਯੋਗਤਾ ਵਾਲੀ ਇਸ ਦੁਨੀਆ ਵਿੱਚ ਇੱਕ ਤੋਂ ਵੱਧ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਬਹੁਤ ਲਾਭ ਮਿਲਦਾ ਹੈ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ 1 ਲੱਖ ਕਰੋੜ ਰੁਪਏ ਦੇ GST مالیਏ ਨੂੰ ਘਾਟੇ ਨੂੰ ਪੂਰਾ ਕਰਨ ਲਈ ਨਿਰੰਤਰ ਫੰਡ ਜਾਰੀ ਕੀਤੇ ਜਾ ਰਹੇ ਨੇ ਖਜ਼ਾਨਾ ਮੰਤਰਾਲੇ ਦੇ ਖਰਚਾ ਵਿਭਾਗ ਵੱਲੋਂ ਇਹਨਾਂ ਸੂਬਿਆਂ ਲਈ 5000 ਕਰੋੜ ਰੁਪਏ ਦੀ 17ਵੀਂ ਹਫਤਾਵਾਰੀ ਕਿਸ਼ਤ ਜਾਰੀ ਕੀਤੀ ਗਈ ਹੈ ਵਿਭਾਗ ਮੁਤਾਬਕ 23 ਸੂਬਿਆਂ ਲਈ 4730 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਪੌਂਡਿਚੇਰੀ ਅਤੇ ਦਿੱਲੀ ਲਈ 269 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਨੇ ਬਾਕੀ ਰਹਿੰਦੇ ਪੰਜ ਸੂਬੇਆਂ ਔਰ ਨਾਜਪ੍ਰਦੇਸ਼ ਮਨੀਪੁਰ ਮਿਜ਼ੋਰਮ ਨੰਗਾਲੈਂਡ ਅਤੇ ਸਿੱਕਮ ਉਜੀ GST ਮਾਲੀਏ ਦੀ ਉਗਰਾਹੀ ਵਿੱਚ ਕੋਈ ਘਾਟਾ ਨਹੀਂ ਦਿਖਾਇਆ ਗਿਆ ਖਜ਼ਾਨਾ ਮੰਤਰਾਲੇ ਦੇ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅੰਦਾਜ਼ਨ GST ਘਾਟੇ ਦੀ 91% ਹਿੱਸਾ ਸੂਬਿਆਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ ਮੰਤਰਾਲੇ ਮੁਤਾਬਕ ਸੂਬਿਆਂ ਲਈ 91% ਘਾਟੇ ਦੀ ਪੂਰਤੀ ਲਈ 91000 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ ਜਦਕਿ ਤਿੰਨ ਦੇ ਕੇਂਦਰ ਸਹਾਇਤ ਪ੍ਰਦੇਸ਼ਾਂ ਲਈ 8539 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਜੀਐਸਟੀ ਘਾਟੇ ਨੂੰ ਪੂਰਾ ਕਰਨ ਲਈ ਬੀਤੇ ਵਰੇ ਵਿਸ਼ੇਸ਼ ਉਧਾਰੀ ਵਿੰਡੋ ਸਥਾਪਿਤ ਕੀਤੀ ਗਈ ਸੀ ਜਿਸ ਤਹਿਤ ਜੀਐਸਟੀ مالیਏ ਦੇ ਅੰਦਾਜ਼ਨ 110 ਕਰੋੜ ਦੇ ਘਾਟੇ ਨੂੰ ਇਸ ਵਿਸ਼ੇਸ਼ ਵਿੰਡੋ ਰਾਹੀਂ ਪੂਰਾ ਕੀਤਾ ਜਾਏਗਾ ਇਸ ਵਿੰਡੋ ਰਾਹੀਂ ਕੇਂਦਰ ਸਰਕਾਰ ਸੂਬਿਆਂ ਤੇ ਕੇਂਦਰ ਸਹਾਇਤ ਪ੍ਰਦੇਸ਼ਾਂ ਲਈ ਉਧਾਰ ਚੁੱਕਦੀਏ ਤੇ ਇਸ ਨਾਲ ਹੀ ਖਬਰ ਦਾ ਬ੍ਰੇਕ ਖਤਮਦਾ ਹੈ ਆ ਗਿਆ ਦਿਓ ਨਮਸਕਾਰ